ਗੁਰਵਚਨ ਸਿੰਘ ਪੁੱਲਰ ਦੀ ਕਹਾਣੀ ਨਿੱਕੀ ਬੁੱਟੀ ਦਾ ਸੂਟ ਭੂਆ ਨੇ ਸੁਨੇਹਾ ਭੇਜਿਆ ਹੀ ਅਜਿਆ ਸੀ ਕਿ ਦਿਲ ਦੀਆਂ ਸੱਬੇ ਤਾਰਾਂ ਖਲਾ ਗਿਆ ਮੋਚ ਭੇਜਿਆ ਹੋਇਆ ਕੁਝ-ਕੁਝ ਗਿਲੇ ਜੇ ਨਾਲ ਭੇਜਿਆ ਗਿਆ ਸੁਨੇਹਾ ਉਹਦੀਆਂ ਅੱਖਾਂ ਪਿਆਰ ਦੀ ਛਲ ਨਾਲ ਸਿਲੀਆਂ ਹੋ ਗਈਆਂ ਉਹਨੇ ਸੋਚਿਆ ਸੱਚਮੁੱਚ ਹੀ ਹੁਣ ਤਾਂ ਭੂਆ ਨਦੀ ਕਿਨਾਰੇ ਰੁਖੜਾ ਹੋਏਗੀ ਪਤਾ ਨਹੀਂ ਕਿਸ ਤਣੁ ਖੜ ਕੇ ਸਮੇਂ ਦੇ ਅਨੰਤ ਤੇ ਰੁੱਕ ਵਗਦੇ ਪਾਣੀਆਂ 'ਚ ਸੱਜੇ ਜੇ ਡਿੱਗ ਪਵੇ ਕਈ ਸਾਲ ਪਹਿਲਾਂ ਹੀ ਜਦੋਂ ਅਜੇ ਆਪਣੇ ਪਿੰਡਾਂ ਤੋਂ ਇੰਨਾ ਦੂਰ ਨਹੀਂ ਸੀ ਆਇਆ ਪੂਆ ਬਿਰਧ ਹੁੰਦੀ ਜਾਂਦੀ ਲੱਗਦੀ ਸੀ ਹੁਣ ਤਾਂ ਉਹਨੇ ਬੁੱਕ ਚੋਂ ਸਾਹਾ ਦੇ ਕਿੰਨੇ ਹੀ ਹੋਰ ਦਾਣੇ ਖਿਰ ਚੁੱਕੇ ਹੋਣਗੇ ਉਹਨੇ ਸੁਨੇਹਾ ਦੇਣ ਵਾਲੇ ਹੱਥ ਕਿਹਾ ਸੀ ਮੇਰੇ ਬੱਚੜੇ ਨੂੰ ਕਹੀਂ ਇੱਕ ਵਾਰ ਮੇਲਾ ਗੇਲਾ ਕਰ ਜਾਵੇ ਹੁਣ ਤਾਂ ਬਸ ਚਲੋ ਚਲੀਏ ਨਦੀ ਕਿਨਾਰੇ ਰੁਖੜਾ ਨਾਲੇ ਵੋਟੀ ਨੂੰ ਤੇ ਨਿਆਣਿਆਂ ਨੂੰ ਜ਼ਰੂਰ ਲਿਆਵੇ ਮੂਲ ਨਾਲੋਂ ਸੂਦ ਬਹੁਤਾ ਪਿਆਰਾ ਹੁੰਦਾ ਤੇ ਜਦੋਂ ਕਦੇ ਚੇਤਾ ਬੀਤੇ ਦਿਨਾਂ ਵੱਲ ਜਾਂਦਾ ਪੂਆ ਉਹਦੇ ਕਈ ਵਾਰ ਯਾਦ ਆਉਂਦੇ ਪਰ ਉਹਦੇ ਇਸ ਸੁਨੇਹੇ ਮਗਰੋਂ ਤਾਂ ਉਹਨੂੰ ਜਿਆ ਜਾਪਿਆ ਜਿਵੇਂ ਉਹ ਜਾਰੀ ਹੋਵੇ ਤੇ ਉਹਨੂੰ ਮੂੰਹ ਦੇਖਣ ਲਈ ਵਾਜਾ ਮਾਰ ਰਹੀ ਹੋਵੇ ਉਹਨੇ 2-4 ਛੁੱਟੀਆਂ ਲੈ ਕੇ ਜਾਣ ਦੀ ਸਲਾਹ ਬਣਾ ਲਈ ਕਿੰਨੇ ਚਿਰ ਮਗਰੋਂ ਨੇ ਭੂਆ ਨੂੰ ਮਿਲਣਾ ਸੀ ਕਿੰਨੇ ਪਿਆਰ ਨਾਲ ਉਹਨੇ ਬੁਲਾਇਆ ਸੀ ਉਹਦਾ ਦਿਲ ਕੀਤਾ ਭੂਆ ਲਈ ਕੁਝ ਲੈ ਕੇ ਜਾਵੇ ਉਹਦੇ ਨਿਰਛਲ ਮੋਹ ਦਾ ਕੋਈ ਨਿਮਾਣਾ ਜਿਹਾ ਹੰਗਾਰਾ ਉਹਦੇ ਲਈ ਆਪਣੇ ਆਦਰ ਦੀ ਕੋਈ ਤੁੱਛ ਜੀ ਨਿਸ਼ਾਨੀ ਉਹ ਕਈ ਦਿਨ ਸੋਚਦਾ ਰਿਹਾ ਅਖਰ ਉਹਨੇ ਪਿੰਡਾਂ ਦੇ ਪੁਰਾਣੇ ਰਿਵਾਜ ਅਨੁਸਾਰ ਕਈ ਦੁਕਾਨਾਂ ਫੇਰ ਕੇ ਮਿੱਠੇ ਮਿੱਠੇ ਰੰਗ ਦੀਆਂ ਨਿੱਕੀਆਂ ਨਿੱਕੀਆਂ ਬੂਟੀਆਂ ਵਾਲਾ ਇੱਕ ਬੜਾ ਸੋਹਣਾ ਸੂਟ ਖਰੀਦ ਲਿਆ। ਸੁਨਿਆਉਣ ਤੇ ਤੁਰਨ ਦੇ ਵਿਚਾਰ ਜਿਹੜੇ ਦਿਨ ਬੀਤੇ ਉਹਨਾਂ ਵਿੱਚ ਬਾਰ-ਬਾਰ ਪੂਆ ਦੀਆਂ ਗੱਲਾਂ ਉਹਨੂੰ ਯਾਦ ਆਉਂਦੀਆਂ। ਕਈ ਵਾਰ ਉਹ ਇਹ ਗੱਲਾਂ ਮਾਨੀ-ਮਾਂਚੀ ਯਾਦ ਕਰਦਾ। ਕਈ ਵਾਰ ਆਪਣੀ ਪਤਨੀ ਤੇ ਬੱਚਿਆਂ ਨੂੰ ਵੀ ਸੁਣਾਉਂਦਾ। ਖਾਸ ਕਰਕੇ ਉਹਨੂੰ ਪਿਆਰਾ ਲੱਗਦਾ ਸੀ ਢੋਲੇ ਸਿਰ ਵਾਲੀ ਪੂਆ ਦਾ ਉਹਦੇ ਢੋਲੇ ਸਿਰ ਵਾਲੀ ਮਾਂ ਨੂੰ ਮੋਹ ਨਾਲ ਪਾਬੋ ਕਹਿਣਾ। ਉਹ ਕਦੇ ਵੀ ਉਹਦੀ ਮਾਂ ਦਾ ਨਾਂ ਨਾ ਲੈਂਦੀ। ਭਾਬੂ-ਭਾਬੂ ਕਰਦੀ ਦਾ ਉਹਦਾ ਮੂੰਹ ਨਾ ਥੱਕਦਾ। ਉਹਦੀ ਮਾਂ ਜਵਾਬ 'ਚ ਉਹਦੀ ਭੂਆ ਨੂੰ ਬੀਬੀ ਆਖਦੀ। ਘਰ 'ਚ ਸਾਰਾ ਦਿਨ ਭਾਬੂ-ਭਾਬੂ ਬੀਬੀ-ਬੀਬੀ ਹੁੰਦੀ ਰਹਿੰਦੀ। ਭੂਆ ਪੇਕੀ ਆਉਂਦੀ ਤਾਂ ਕਦੇ ਵੀ ਪਰੌਣੇ ਮੰਗਣਾ ਬੈਠਦੀ। ਉਹ ਕਮਾਂ ਚੁੱਲ੍ਹ ਜੀ ਹੋਈ ਮਾਂ ਦੇ ਕਈ ਨਿੱਕੇ-ਮੋਟੇ ਕੰਮ ਕਰ ਜਾਂਦੀ। ਕਈ ਵਿਗੜੇ ਹੋਏ ਕੰਮ ਸਵਾਰ ਜਾਂਦੇ। ਮਾਂ ਦੇ ਨਾ ਨਾ ਕਰਦਿਆਂ ਵੀ ਉਹ ਰਜਾਈਆਂ ਤਲਾਈਆਂ ਸੂਰਜਵਲ ਕਰ-ਕਰ ਦੇਖਦੀ। ਟੁੱਟੇ ਲੋਗੜ ਵਾਲੀਆਂ ਦੇ ਨਗੰਦੇ ਉਧੇੜ ਕੇ ਕੱਪੜੇ ਧੋਣ ਲਈ ਛੋਡੇ ਚ ਭਿਉਂ ਦਿੰਦੀ ਤੇ ਲੋਗੜ ਪੰਜਾਉਣ ਲਈ ਗੱਠੜੀ ਬੰਨ੍ਹ ਦਿੰਦੀ। ਬੋਰੀ ਚ ਪਾ ਕੇ ਪਰਛੱਤੀ ਤੇ ਰੱਖੇ ਸੂਤ ਨੂੰ ਮੰਜਾ ਬੁਣਨ ਲਈ ਰੰਗ ਦੇ ਦੋ ਬੱਠਲਾਂ ਚ ਡੋਬ ਦਿੰਦੀ ਤੇ ਉਖੜੀ ਹੋਈ ਚੁਗਾਰਤ ਠੋਕਣ ਲਈ ਤਰਖਾਣਾ ਦੇ ਭੇਜ ਦਿੰਦੀ। ਫਿਰ ਸਵੇਰ ਦੇ ਕੰਮ ਮੁਕਾ ਕੇ ਆਥਣ ਦੇ ਕੰਮ ਤੋਂ ਪਹਿਲਾਂ ਦੁਪਹਿਰਾਂ ਵੇਲੇ ਦੋਵੇਂ ਰਲ ਕੇ ਨਵੀਆਂ ਭਰੀਆਂ ਰਜਾਈਆਂ ਤਲਾਈਆਂ ਦੇ ਨਗੰਦੇ ਪਾਉਂਦੀਆਂ ਜਾਂ ਮੰਜਾ ਬੁਣਨ ਬੈਠਦੀਆਂ ਤਾਂ ਧੀਮੀ ਧੀਮੀ ਆਵਾਜ਼ ਨਾਲ ਅਨੰਦ ਭਰਜਾਈ ਦੇ ਗੀਤ ਗਾਉਂਦੀਆਂ। ਜਾਂ ਇਉਂ ਨਿੱਕੇ ਨਿੱਕੇ ਗੱਲਾਂ ਕਰਦੀਆਂ ਜਿਵੇਂ ਮਾਂ ਨਵੀਂ ਨਵੀਂ ਸਹੋਰੀ ਆਈ ਹੋਵੇ ਤੇ ਭੂਆ ਨੂੰ ਉਹਦਾ ਦਿਲ ਲਵਾਉਣ ਲਈ ਉਹਦੇ ਕੋਲ ਬਿਠਾਇਆ ਗਿਆ ਹੋਵੇ ਜਦੋਂ ਕਦੇ ਉਹ ਉਹਦੇ ਪਿੰਡ ਜਾਂਦਾ ਭੂਆ ਨੂੰ ਲੋੜੇ ਦਾ ਚਾਹ ਚੜਦਾ ਉਹ ਰੱਜ ਕੇ ਪਿਆਰ ਕਰਦੀ ਰੱਜ ਕੇ ਖਵਾਉਂਦੀ ਪਿਆਉਂਦੀ ਮੁਰਾਦਾਬਾਦੀ ਥਾਲ ਵਿੱਚ ਰੱਖ ਕੇ ਘਰ ਦੇ ਘੋਨ ਨਾਲ ਨਿਚੜਦੇ ਲੂਣੇ ਪਰੌਂਠੇ ਦਿੰਦੀ ਪਰੌਂਠਿਆਂ 'ਚ ਦਰੜਾ ਜਿਹਾ ਕੀਤੀਆਂ ਲਾਲ ਮਿਰਚਾਂ ਥਾਂ ਥਾਂ ਤਾਰਿਆਂ ਵਾਂਗ ਚਮਕਦੀਆਂ ਥਾਲ 'ਚ ਵੱਡਾ ਸਾਰਾ ਕਾਂਸੀ ਦਾ ਕਟੋਰਾ ਦਹੀਂ ਦਾ ਭਰ ਕੇ ਰੱਖ ਦਿੰਦੀ। ਕਟੋਰਾ ਕਾਦਾ ਹੁੰਦਾ ਛੰਨਾ ਹੁੰਦਾ ਸੀ ਉਹ। ਦਹੀਂ ਦੇ ਇੱਕ ਪਾਸੇ ਮੱਖਣੀ ਦਾ ਪੇੜਾ ਪਿਆ ਹੁੰਦਾ ਤੇ ਜਾਂ ਫਿਰ ਉਹ ਗੁੜ ਖੋਰ ਕੇ ਤੇ ਆਟੇ 'ਚ ਘਿਓ ਚਸਕੇ ਮਠੀਆਂ ਮਿੱਠੀਆਂ ਰੋਟੀਆਂ ਪਕਾਉਂਦੀ। ਉਹਨਾਂ ਨਾਲ ਉਹ ਸੌਂਫ ਕਲੇਜੀ ਮੇਥਿਆਂ ਦੇ ਮਸਾਲੇ 'ਚ ਲੁਕੀ ਹੋਈ ਅੰਬ ਦੇ ਅਚਾਰ ਦੀ ਫਾੜੀ ਰੱਖਦੀ ਜਾਂ ਰਾਈ ਨਾਲ ਭਰੀ ਹੋਈ ਹਰੀ-ਹਰੀ ਗਿੱਠ ਲੰਮੀ ਮਿਰਚ ਰੱਖਦੀ। ਜਿਹਦੇ ਚੀਰ ਵਿੱਚੋਂ ਪੀਲਾ-ਪੀਲਾ ਖੱਟਾ ਕਰਾਰਾ ਚਾ ਰਸ ਛੇ ਹੁੰਦਾ। ਤੇ ਫਿਰ ਹੋਰ ਹੋਰ ਖਾਣ ਲਈ ਮਜਬੂਰ ਕਰਦੀ ਤੇ ਅੰਤ ਨੂੰ ਹੱਥ ਬੰਨ ਕੇ ਹਾਰੇ ਕੱਢ ਕੇ ਫੁੱਲਿਆ ਪੇਟ ਦਿਖਾ ਕੇ ਭੂਆ ਤੋਂ ਖਾੜਾ ਛਡਾਣਾ ਪੈਂਦਾ ਤੇ ਫਿਰ ਛੇਤੀ ਛੇਤੀ ਮੋੜ ਨਾ ਦਿੰਦੀ ਕਦੀ ਕੋਈ ਲਾਰਾ ਲਾ ਕੇ ਕਦੀ ਕੋਈ ਬਹਾਨਾ ਬਣਾ ਕੇ ਉਹ ਇੱਕ ਦਿਨ ਹੋਰ ਇੱਕ ਦਿਨ ਹੋਰ ਰੱਖਦੇ ਆ ਕਈ ਦਿਨ ਲਗਾ ਦੇਂਦੀ ਉਹ ਮਾਂ ਦੀ ਚਿੰਤਾ ਬਾਰੇ ਆਖਦਾ ਤਾਂ ਜਵਾਬ ਦਿੰਦੀ ਕੋਈ ਨਹੀਂ ਚਿੰਤਾ ਹੁੰਦੀ ਤੇਰੀ ਮਾਂ ਨੂੰ ਕਿਸੇ ਉੱਪਰ ਹੀ ਤਾਂ ਨਹੀਂ ਆਇਆ ਭਇਆ ਤੂੰ ਉਹਨੂੰ ਪਤਾ ਹੈ ਭੂਆ ਕੋਲ ਗਿਆ ਦਿਨ ਤਾਂ ਲੱਗਣਗੇ ਉਹ ਸਕੂਲ ਖੁੱਲਣ ਬਾਰੇ ਆਖਦਾ ਤੋਂ ਬੋਲਦੀ ਕੋਈ ਨਹੀਂ ਪੱਜ ਚੱਲਿਆ ਤੇਰਾ ਮਦਰੱਸਾ ਕਿਧਰੇ ਤੇ ਜਦੋਂ ਉਹ ਨੌਕਰੀ ਉੱਤੇ ਲੱਗਿਆ ਸੀ ਮੋਤੇ ਰਿਸ਼ਤੇਦਾਰ ਇੱਕ ਇੱਕ ਕਰਕੇ ਉਹ ਤੋਂ ਦੂਰ ਹਟਦੇ ਗਏ ਸਨ ਉਹਨੂੰ ਦੁੱਖ ਵੀ ਹੁੰਦਾ ਪਰ ਉਹ ਕਰ ਵੀ ਕੁਝ ਨਹੀਂ ਸੀ ਸਕਦਾ ਰਹਿਣੀ ਬਹਿਣੀ ਤੇ ਕਦਰਾਂ ਕੀਮਤਾਂ ਦਾ ਫਰਕ ਕਿਵੇਂ ਨਾ ਕਿਵੇਂ ਪਾੜਾ ਪਾਈ ਦਿੰਦਾ ਉਹਦੇ ਘਰ 'ਚ ਸ਼ਹਿਰੀ ਜੀਵਨ ਦੀਆਂ ਸਧਾਰਨ ਚੀਜ਼ਾਂ ਟੈਲੀਵਿਜ਼ਨ ਫ੍ਰਿਜ ਸੋਫਾ ਆਦਿ ਵੇਖ ਕੇ ਰਿਸ਼ਤੇਦਾਰੋ ਦੇ ਪੈਸਿਆਂ ਬਾਰੇ ਕੁਝ ਸੱਚਾ ਕੁਝ ਬਹੁਤ ਅਕਲਪਿਤ ਹਿਸਾਬ ਲਾ ਲੈਂਦੇ ਕਿਸਾਨ ਦਾ ਪੈਸੇ ਬਾਰੇ ਨਜ਼ਰੀਆ ਆਪਣਾ ਹੀ ਹੁੰਦਾ ਹੈ ਉਹ ਬਹੁਤੀ ਜ਼ਮੀਨ ਦਾ ਮਾਲਕ ਹੋਵੇ ਜਾਂ ਥੋੜੀ ਦਾ ਉਹਦੀ ਆਮਦਨ ਤਾਂ ਘਰ 6 ਮਹੀਨਿਆਂ ਮਗਰੋਂ ਹੀ ਹਾੜੀ ਸੋਣੀ ਨੂੰ ਆਉਣੀ ਹੁੰਦੀ ਹੈ ਉਹ ਵੀ ਜੇ ਰੱਬ ਸੁੱਖ ਰੱਖੇ ਤੇ ਸੋਕਿਆਂ ਤੋਂ ਝੱਖੜਾਂ ਤੋਂ ਹੜ੍ਹਾਂ ਤੋਂ ਤੇ ਰੋਗਾਂ ਤੋਂ ਫਸਲਾਂ ਦਾ ਬਚਾਅ ਹੋ ਜਾਏ ਮੁਲਾਜ਼ਮ ਦੀ ਤਨਖਾਹ ਨੂੰ ਜੱਟ ਬਜਵੀਂ ਆਮਦਨ ਕਹਿੰਦੇ ਐ ਜੋ ਛੜੇ ਮਹੀਨੇ ਰੱਬ ਸੁੱਖ ਰੱਖੇ ਜਾਂ ਨਾ ਆ ਹੀ ਜਾਂਦੀ ਹੈ ਤੇ ਫੇਰ ਉਹ ਉਹਦੀ ਰਹਿਣੀ ਬਹਿਣੀ ਦੇ ਭਰਮ ਭਲੇ ਖੇਚਾ ਕੇ ਸੋਚਦੇ ਪੈਸੇ ਮੰਗਣ ਚ ਕੀ ਹਰਜ਼ ਹੈ ਮਿਲ ਗਏ ਤਾਂ ਠੀਕ ਹੈ ਨਹੀਂ ਤਾਂ ਇਨਕਾਰ ਕਰਨ ਵਾਲਾ ਪਰ ਸ਼ਰਮਿੰਦਾ ਹੋਏਗਾ ਕਿਸੇ ਰਿਸ਼ਤੇਦਾਰ ਨੇ ਪੁਰਾਣਾ ਟਰੈਕਟਰ ਵੇਚ ਕੇ ਨਵਾਂ ਖਰੀਦਣਾ ਹੁੰਦਾ ਕਿਸੇ ਰਿਸ਼ਤੇਦਾਰ ਦੀ ਸਲਾਈ ਖੋਟਿਓਲ ਲਾਉਣ ਦੀ ਹੁੰਦੀ ਕਿਸੇ ਰਿਸ਼ਤੇਦਾਰ ਨੇ ਕੁੜੀ ਜਾਂ ਮੁੰਡੇ ਦਾ ਵਿਆਹ ਕਰਨਾ ਹੁੰਦਾ ਜਦੋਂ ਮਜਬੂਰੀ ਪ੍ਰਗਟ ਆਉਂਦਾ ਰਿਸ਼ਤੇਦਾਰ ਮੂੰਹ ਵਟ ਕੇ ਤੁਰ ਜਾਂਦੇ ਤੇ ਫਿਰ ਇੱਕ ਦੂਜੇ ਕੋਲ ਉਹਨੂੰ ਨਿੰਦਦੇ ਰਹਿੰਦੇ ਇੱਕ ਵਾਰ ਇੱਕ ਰਿਸ਼ਤੇਦਾਰ ਉਹਦੇ ਬਲਦ ਖਰੀਦਣ ਲਈ ਪੈਸੇ ਲੈਣ ਆਇਆ ਸੀ ਉਹਦੇ ਮਜਬੂਰੀ ਪ੍ਰਕਟਾਉਣ ਉੱਤੇ ਉਹ ਫਰਿੱਜ ਵੱਲ ਹੱਥ ਕਰਦਿਆਂ ਸ਼ਬਦਾਂ 'ਚ ਕੁੜਿੱਤਨ ਭਰ ਕੇ ਬੋਲਿਆ ਸੀ ਤੂੰ ਆਹ ਪਾਣੀ ਠੰਡਾ ਕਰਨ ਵਾਲੀ ਮਸ਼ੀਨ ਉੱਤੇ ਤਾਂ ਥੱਬਾ ਨੋਟਾਂ ਦਾ پھੂਕ ਸਕਦਾ ਹੈ ਪਾਣੀ ਤਾਂ ਤੋੜੇ 'ਚ ਵੀ ਠੰਡਾ ਹੋ ਜਾਂਦਾ ਪਰ ਔਖੇ ਵੇਲੇ ਰਿਸ਼ਤੇਦਾਰਾਂ ਦੀ ਮਦਦ ਕਰਨ ਲਈ ਤੇਰੇ ਕੋਲ ਪੈਸਾ ਹੈ ਨਹੀਂ ਪਰ ਬੇਲਾਗ ਮੋ ਮਰਿਆ ਮੁੱਕਿਆ ਤਾਂ ਨਹੀਂ ਸੀ ਭੂਆ ਦਾ ਸੁਨੇਹਾ ਸੁਣ ਕੇ ਉਹ ਜਜ਼ਬਾਤੀ ਹੋ ਗਿਆ ਤੇ ਉਹਦੀਆਂ ਅੱਖਾਂ ਵਹਿਣਾ 'ਚ ਵਹਿ ਕੇ ਏਸਲੀਆਂ ਹੋ ਗਈਆਂ ਉਹਨੇ ਸਿੱਧਾ ਭੂਆ ਕੋਲ ਜਾਣ ਤੇ ਬਿਨਾਂ ਹੋਰ ਕਿਸੇ ਨੂੰ ਮਿਲਿਆਂ ਉੱਥੇ ਉੱਥੋਂ ਹੀ ਪਰਤ ਆਉਣ ਦਾ ਮਨ ਬਣਾਇਆ ਉਹਨੂੰ ਇੱਕ ਨਰਾਰਥਕ ਜੀ ਕਾੜ ਲੱਗ ਗਈ ਕਿਤੇ ਭੂਆ ਉਹਦੇ ਜਾਣ ਤੋਂ ਪਹਿਲਾਂ ਹੀ ਨਾ ਚਲਦੀ ਬਣੇ ਉਹਨੂੰ ਬੇਥਵਾ ਜਿਹਾ ਖਿਆਲ ਆਉਂਦਾ ਜਿਵੇਂ ਭੂਆ ਮੰਜੀ ਤੇ ਨਢਾਲ ਪਈ ਹੋਵੇ ਮੁਸ਼ਕਲ ਨਾਲ ਅੱਖਾਂ ਖੋਲ ਕੇ ਪੁੱਛ ਰਹੀ ਹੋਵੇ ਆਇਆ ਨਹੀਂ ਮੇਰਾ ਭਤੀਜਾ ਮੇਰਾ ਬੱਚੜਾ ਤੇ ਰੱਬ ਦਾ ਸ਼ੁਕਰ ਸੀ ਜਦੋਂ ਪੁੱਜੇ ਭੂਆ ਵੇੜੇ ਚਟਾਲੀ ਹੇਠ ਬੈਠੀ ਸੂਤ ਦੀ ਅੱਟੀ ਕਰ ਰਹੀ ਸੀ ਉਹਨੂੰ ਜਿਵੇਂ ਕੁਝ ਗੁਆਚਿਆ ਲੱਭ ਪਿਆ ਵਾਜਾਂ ਮਾਰ ਮਾਰੋ ਆਪਣੇ ਨੂੰ ਤੇ ਪੋਤੇ-ਪੋਤੀਆਂ ਨੂੰ ਬੁਲਾਉਣ ਲੱਗੀ ਹੌਲੀ-ਹੌਲੀ ਸਾਰੇ ਇਕੱਠੇ ਹੋ ਗਏ ਬਾਈ ਕਿਸੇ ਕੰਮ ਸੌਰੀ ਗਿਆ ਹੋਇਆ ਸੀ ਤੇ ਉਹ ਭੂਆ ਕੋਲ ਟਾਲੀ ਹੇਠ ਹੀ ਬੈਠ ਗਏ। ਭੂਆ ਉਹਨਾਂ ਵਿੱਚੋਂ ਇੱਕ ਨੂੰ ਫੜਦੀ, ਕਾਲਜੇ ਨਾਲ ਘੁੱਟ ਲੈਂਦੀ, ਉਹਨੂੰ ਬੁੱਕਲ ਚੋਂ ਕੱਢਦੀ, ਦੂਜੇ ਨੂੰ ਫੜ ਕੇ ਹਿੱਕ ਨਾਲ ਲਾ ਲੈਂਦੀ। ਮਿੱਠੀ-ਮਿੱਠੀ ਰੁੱਤ ਸੀ, ਨਾ ਸਰਦੀ ਨਾ ਗਰਮੀ, ਪਰ ਛਾਵੇਂ ਬੈਠਿਆਂ ਆਨੰਦ ਆਉਂਦਾ। ਧੁੱਪ ਪਿੰਡੇ ਨੂੰ ਕੁਝ-ਕੁਝ ਚੁਭਣ ਲੱਗੀ ਸੀ। ਭੂਆ ਨੇ ਖੇਤ 'ਚ ਕੋਠੀ ਵਰਗਾ ਘਰ ਪਾਇਆ ਹੋਇਆ ਸੀ। ਲੰਮੀ, ਚੌੜੀ, ਨਿਵੀਂ-ਨਿਵੀਂ ਚਾਰਦੁਵਾਰੀ ਵਾਲਾ ਮੋਕਲਾ ਵੇੜਾ ਸੀ। ਚਾਰ ਦੀਵਾਰੀ ਤੋਂ ਬਾਹਰ ਇੱਕ ਪਾਸੇ ਟਿਊਬਵੈਲ ਸੀ ਜਿਹਦੇ ਕੋਲ ਟਰੈਕਟਰ ਖਲੋਤਾ ਸੀ ਤੇ ਅੱਗੇ ਭੂਆ ਦੇ ਖੇਤ ਵਿੱਚ ਹੀ ਪਏ ਸਨ ਬੱਚੇ ਕੁਝ ਪਲ ਟਿਕੇ ਬੈਠੇ ਰਹੇ ਫਿਰ ਖੇਤਾਂ 'ਚ ਭੱਜ ਗਏ ਭੂਆ ਦੇ ਪੋਤੇ-ਪੋਤੀਆਂ ਉਹਨਾਂ ਨੂੰ ਕਣਕ ਦੀਆਂ ਅੱਧ ਪੱਕੀਆਂ ਬੱਲੀਆਂ ਮਲਮਲ ਕੇ ਦੇ ਰਹੇ ਸਨ ਫਿਰ ਉਹ ਛੋਲਿਆਂ ਦੇ ਕੁਝ ਅੱਧ ਸੁੱਕੇ ਬੂਟੇ ਪਾਲ ਕੇ ਹੋਲਾਂ ਕਰਨ ਲੱਗ ਪਏ ਉਹਦੀ ਪਤਨੀ ਨੇ ਰੇਤੇ 'ਚ ਲਿਬੜਦੇ ਬੱਚਿਆਂ ਨੂੰ ਝਿੜ ਗਿਆ ਤਾਂ ਉਹਨੇ ਉਹ ਵਰਜ ਦਿੱਤੀ ਕਰਨ ਦੇ ਮੌਜ ਕਿੰਨੀ ਵਧੀਆ ਰੋਤ ਹੈ ਚਾਰ ਚੁਫੇਰੇ ਸੁਰਗੀ ਸੁਰਗ ਪੜਾਈ ਦੀ ਚਿੰਤਾ ਨੂੰ ਲੁਜਾਣ ਦੇ ਦੋ ਦਿਨ। ਭੂਆ ਨੇ ਨੂੰ ਨੂੰ ਰੋਟੀ ਲਈ ਗੁੜ ਕੋਲਣ ਲਈ ਤੇ ਆਟੇ ਚ ਛੱਸਣ ਵਾਸਤੇ ਕਿਹਾ ਤੇ ਉਹਨਾਂ ਨੂੰ ਨਹਾਉਣ ਧੋਣ ਲਾ ਕੇ ਆਪ ਉਹ ਠੰਡੇ ਠੰਡੇ ਕੁਝ ਦਿਨ ਪਹਿਲਾਂ ਵੱਢੀ ਗਈ ਸਰੋਂ ਦੇ ਖਰਚਿਆਂ ਤੇ ਫੁੱਟੀਆਂ ਨਿੱਕੀਆਂ ਨਿੱਕੀਆਂ ਗੰਦਲਾਂ ਦਾ ਸਾਗ ਆਥਣ ਦੀ ਰੋਟੀ ਲਈ ਤੋੜਨ ਚ ਰੁੱਝ ਗਈ। ਮਿੱਠੀਆਂ ਰੋਟੀਆਂ ਦਾ ਉਹ ਭੂਆਲਾ ਸੁਆਦ ਲੱਗਦਾ ਸੀ ਉਹਨੇ ਆਪਣੀ ਕਲਾ ਨੂੰ ਨੂੰ ਸਿਖਾਤੀ ਸੀ। ਅਗਲੇ ਸਵੇਰ ਬੱਚੇ ਫਿਰ ਖੇਤਾਂ ਚ ਭੱਜ ਗਏ। ਉਦੀ ਪਤਨੀ ਉਹਨਾਂ ਦੇ ਕੱਲ ਦੇ ਮੈਲੇ ਕੀਤੇ ਕੱਪੜੇ ਧੋ ਰਹੀ ਸੀ ਭਾਬੀ ਨੇ ਉਹਦੇ ਹੱਥੋਂ ਕੱਪੜੇ ਖੋਹੀ ਵੀ ਸੀ ਪਰ ਉਹਨੂੰ ਨਾਸ਼ਤਾ ਬਣਾਉਣ ਲਈ ਕਿਹਾ ਕਿ ਆਪੇ ਕੱਪੜੇ ਧੋਣ ਲੱਗ ਪੀ ਭੂਆ ਤੇ ਉਹ ਟਾਲੀ 'ਤੇ ਹੀਟ ਬੈਠੇ ਗੱਲਾਂ ਕਰ ਰਹੇ ਸੀ ਉਦੀ ਪਤਨੀ ਇੱਕ ਦੋ ਕੱਪੜੇ ਧੋ ਰ ਨਚੋੜ ਕੇ ਵਿਹੜੇ 'ਚ ਬੰਨੀ ਰੱਸੀ 'ਤੇ ਸੁੱਕਣੇ ਪਾਉਣ ਆਉਂਦੀ ਫੇਰ ਬਾਕੀ ਕੱਪੜੇ ਧੋਣ ਜਾ ਲੱਗਦੀ ਉਦੀ ਪਤਨੀ ਉਹਨੂੰ ਖੁਸ਼ ਦੇ ਕੇ ਖੁਸ਼ ਸੀ ਬੱਚੇ ਮਿੱਟੀ 'ਚ ਖੇਡ ਕੇ ਖੁਸ਼ ਹੋ ਰਹੇ ਸਨ ਕਿਲਕਾਰੀਆਂ ਮਾਰ ਰਹੇ ਸਨ ਤੇ ਉਹ ਦਫ਼ਤਰ ਦੀਆਂ ਫਾਈਲਾਂ ਭੁੱਲ ਕੇ ਬੜਾ ਸੰਤੁਸ਼ਟ ਸੀ ਸਾਰੇ ਪਰਿਵਾਰ ਨੂੰ ਉਹਨਾਂ ਦੇ ਆਉਣ ਦਾ ਚਾਅ ਸੀ ਪਰਪੂਆ ਨੂੰ ਤਾਂ ਬਹੁਤਾ ਹੀ ਸੀ ਉਹਨੂੰ ਤਸੱਲੀ ਸੀ ਕਿ ਉਹਦਾ ਭਤੀਜਾ ਪਹਿਲੇ ਸਨੇਹ ਤੇ ਸਭ ਕੰਮ ਛੱਡ ਕੇ ਉਹਨੂੰ ਮਿਲਣ ਆ ਗਿਆ ਸੀ ਨਹੀਂ ਤਾਂ ਅੱਜ ਕੱਲ ਦੇ ਜ਼ਮਾਨੇ 'ਚ ਕਿੱਥੇ ਰਹਿ ਗਏ ਮੋਹ ਪਿਆਰ ਭੂਆ ਉਹਨੂੰ ਮਰਬਾਬੰਦੀ ਤੋਂ ਮਗਰੋਂ ਬਣੇ ਖੇਤ ਦੀਆਂ ਹੱਦਾਂ ਬਾਰੇ ਦੱਸਣ ਲੱਗੀ ਚੜ੍ਹਦੇ ਪਾਸੇ ਜਿਸ ਰਾਹ ਉਹ ਆਏ ਸਨ ਖੇਤ ਉਹਦੇ ਨਾਲ ਜਾ ਲੱਗਦਾ ਸੀ ਦੱਖਣ ਵਾਲੇ ਪਾਸੇ ਛੁਹਾਰੇ ਬੇਰਾਂ ਵਾਲੀ 베ਰੀ ਹੁਣ ਹੱਦ ਉੱਤੇ ਆ ਗਈ ਸੀ ਜੀਦੇ ਬਿਰ ਛੋਟਾ ਹੁੰਦਾ ਬੜੇ ਸਵਾਦ ਲੈ ਲੈ ਖਾਂਦਾ ਸੀ ਉੱਤਰ ਵਾਲੇ ਪਾਸੇ ਭੂਆ ਦਾ ਮਰੱਬਾ ਕੱਸੀ ਤੱਕ ਫੈਲਿਆ ਸੀ ਤੇ ਛਿਪਦੇ ਵਾਲੇ ਵੱਲ ਦੀ ਬਾਹੀ ਉੱਤੇ ਉੱਚੇ ਲੰਮੇ ਸਫੈਦਿਆਂ ਦੀ ਲੰਮੀ ਪਾਲ ਲੱਗੀ ਸੀ ਮਰੱਬਾ ਬੰਦੀ ਚ ਹੋਰ ਖੇਤਾਂ ਦੇ ਬਦਲੇ ਇਸ ਖੇਤ ਨਾਲ ਜੁੜੀ ਜ਼ਮੀਨ ਕੁਝ ਨਿਤਾਣੀ ਵੀ ਸੀ ਤੇ ਉੱਚੀ ਨੀਵੀਂ ਵੀ ਪਰ ਬਾਈ ਨੇ ਭਰਵੀਂ ਖਾਦ ਪਾ ਕੇ ਮਿਹਨਤ ਨਾਲ ਕਰਾਹੀ ਲਾ ਕੇ ਉਹ ਜ਼ਮੀਨ ਵੀ ਆਪਣੇ ਜ਼ਮੀਨ ਵਰਗੀ ਵਧੀਆ ਬਣਾ ਲਈ ਸੀ ਹਣ ਸਾਰੀ ਜ਼ਮੀਨ ਚ ਇੱਕੋ ਜੀ ਭਰਪੂਰ ਫਸਲ ਜੰਮਦੀ ਭੌਂ ਪਧਰੀ ਇੰਨੀ ਸੀ ਕਿ ਇੱਕ ਸਿਰੇ ਪਾਣੀ ਦੀ ਬਾਲਟੀ ਡੋਲ ਦਿਓ ਵਾਕਿਆ ਦੂਜੇ ਸਿਰੇ ਜਾ ਲਗੇ ਫਿਰ ਭੂਆ ਨੇ ਦੱਸਿਆ ਫਾਇਦਿਆਂ ਦੇ ਪਰਲੇ ਪਾਸੇ ਕਿਸੇ ਦੀ ਪੰਜ ਕੁ ਮੋਹਾ ਜ਼ਮੀਨ ਸੀ ਬੜੀ ਨਰੋਈ ਧਰਤੀ ਸੋਨਾ ਪੈਦਾ ਕਰਨ ਵਾਲੀ ਤੇ ਆਪਣੇ ਖੇਤ ਦੇ ਨਹੀਂ ਬਰਾਬਰ ਦੀ ਪਧਰੀ ਜਿਵੇਂ ਇਹਦਾ ਹੀ ਟੋਟਾ ਹੋਵੇ ਤੇ ਹੁਣ ਉਹ ਵਿਕ ਰਹੀ ਸੀ ਭਾਤਾਂ ਜ਼ਮੀਨਾਂ ਦਾ ਬਹੁਤ ਚੜ ਚੁੱਕਿਆ ਸੀ ਪਰ ਉਹ ਸਸਤੀ ਬਣ ਜਾਣੀ ਸੀ ਮਾਲਕ ਲੋੜਵੰਦ ਹੋਣ ਕਰਕੇ ਬਣਦਾ ਹੋਰ ਵੀ ਸਸਤੀ ਜਾਂਦੀ ਪਰ ਇੱਕ ਦੋ ਗਾਹ ਖੋਰ ਖੜੇ ਹੋ ਗਏ ਜਿਸ ਕਰਕੇ ਭਾਅ ਵਧ ਗਿਆ ਫੇਰ ਵੀ ਉਹ ਨਾਲ ਲੱਗਦੀ ਹੋਣ ਕਰਕੇ ਮਹਿੰਗੀ ਨਹੀਂ ਸੀ ਅੰਤ ਵਿੱਚ ਭੂਆ ਨੇ ਤੋੜਾ ਝਾੜਿਆ ਕੁਛ ਤਾਂ ਭਾਈ ਹਾੜੀ ਵੇਚ ਕੇ ਪੈਸੇ ਘਰੇ ਹੀ ਹੋ ਜਾਣਗੇ ਕੁਛ ਇਧਰੋਂ ਉਧਰੋਂ ਹੋਰ ਪ੍ਰਬੰਧ ਹੋ ਜਾਓ ਬਾਕੀ ਰੁਪਈਆ ਕਾਕਾ ਤੂੰ ਦੇ ਆਪਦੇ ਬਾਈ ਨੂੰ ਆਪਾਂ ਇਹ ਭੋਏ ਕਿਸੇ ਹਿੱਲੇ ਵੀ ਛੱਡਣੀ ਨਹੀਂ ਪੈਸੇ ਤੇਰੇ ਛੇਤੀ ਮੜ ਆਉਣਗੇ ਉਹਨੇ ਇੱਕ ਬਿੰਦਵਾਖ ਹੋ ਕੇ ਭੂਆਵਲ ਦੇਖਿਆ ਤੇ ਫਿਰ ਡੱਕੇ ਨਾਲ ਮਿੱਟੀ ਖੁਰਚਦਾ ਹੋਇਆ ਉਖੜਿਆ ਉਖੜਿਆ ਜੇ ਉੱਤਰ ਦੇਣ ਲੱਗ ਪਿਆ ਜੀਤੋਂ ਨਾ ਉਹਦੀ ਨਾਂ ਸਪਸ਼ਟ ਹੁੰਦੀ ਸੀ ਤੇ ਨਾ ਹੀ ਉਹਦੀ ਹਾਂ ਦਾ ਪਤਾ ਲੱਗਦਾ ਸੀ ਸਿੱਧੀ ਨਾ ਕਰਨੀ ਉਹਨੂੰ ਬਹੁਤ ਔਖੀ ਲੱਗ ਰਹੀ ਸੀ ਤੇ ਹਾਂ ਕਰਨ ਦੀ ਉਸ 'ਚ ਉੱਕਾ ਹੀ ਪੁੱਜਤ ਨਹੀਂ ਸੀ ਉਹਦੀ ਪਤਨੀ ਕੱਪੜੇ ਧੋਣ ਮਗਰੋਂ ਨਾ ਕੇ ਤੌਲੀਆ ਸੁਕੜਾ ਪਾ ਰਹੀ ਸੀ ਬੱਚੇ ਸਭ ਚਾਂਬਲੇ ਹੋਏ ਬਾਹਰੋਂ ਭੱਜੇ-ਭੱਜੇ ਆਏ ਉਹ ਮੱਥੇ ਉੱਤੇ ਤਿਉੜੀ ਪਾ ਕੇ ਬੋਲਿਆ ਏਖਾਂ ਕਿਵੇਂ ਭੂਤ ਬਣੇ ਨੇ ਲਿੱਭੜ ਕੇ ਦੇਉ ਨੇ ਆਪਣੀ ਪਤਨੀ ਨੂੰ ਉਹਨਾਂ ਨੂੰ ਨਵਾ ਕੇ ਤਿਆਰ ਕਰਨ ਲਈ ਕਿਹਾ ਤਾਂ ਜੋ ਠੰਡੇ ਠੰਡੇ ਤੁਰਿਆ ਜਾ ਸਕੇ ਕੱਪੜੇ ਰੋਟੀ ਖਾਂਦਿਆਂ ਖਾਂਦਿਆਂ ਸੁੱਕ ਜੜੇ ਸਨ ਭੂਆ ਬੋਲੀ ਅੱਜ ਹੀ ਜਾਉਂਗੀ ਨਾ ਪੁੱਤਰ ਅੱਜ ਤਾਂ ਨਹੀਂ ਅਸੀਂ ਜਾਣਦੇ ਹੁੰਦੇ ਨਾਲੇ ਆਥਨ ਤਾਂ ਹੀ ਜਰਨਲਿਸਟਿਓ ਸੌ ਰਹੇ ਹਾਂ ਤੋਂ ਮੁੜ ਉਹਨੂੰ ਮਿਲੇ ਬਿਨਾ ਥੋੜਾ ਚਲੇ ਜਾਵਾਂਗੇ ਰਸੋਈ 'ਚ ਬੈਠੀ ਭਾਬੀ ਭੂਆ ਦੀ ਹਾਂ ਥਾਮ ਮਲਾ ਰਹੀ ਸੀ ਉਹ ਬੋਲੇ ਨੌਕਰੀ ਜਿੰਨੀ ਵੇਲ ਕਿਥੇ ਨੌਕਰੀ ਨੂੰ ਐਸੇ ਕਰਕੇ ਤਾਂ ਨਖਿੱਧ ਕਹਿੰਦੇ ਨੇ ਨਾ ਆਉਣਾ ਆਪਣੇ ਹੱਥ ਨਾ ਮੋੜਨਾ ਆਪਣੇ ਹੱਥ ਤੇ ਫੇਰ ਕਿਤੇ ਲੰਮੀ ਛੁੱਟੀ ਆਵਾਂਗੇ ਉਹਦੀ ਪਤਨੀ ਨੂੰ ਆਉਣ ਲਈ ਵੱਡੇ ਮੁੰਡੇ ਦੇ ਕੱਪੜੇ ਉਤਾਰਦਿਆਂ ਅਬੋਲ ਉਸ ਵੱਲ ਸੁਵਾਲੀਆਂ ਨਜ਼ਰਾਂ ਨਾਲ ਵੇਖਦੀ ਰਹੀ ਤਿਆਰ ਹੋ ਕੇ ਉਹ ਪਰੌਂਠੇ ਖਾਣ ਲੱਗੇ ਸਵਾਖਤਾ ਹੋਣ ਕਰਕੇ ਭੁੱਖ ਵੀ ਨਹੀਂ ਸੀ ਤੇ ਆਟੇ ਵਿੱਚ ਵੀ ਕੁਝ ਕਿਰਕ ਜੀ ਲੱਗਦੀ ਸੀ ਇੱਕ ਪਰੌਂਠਾ ਖਾ ਕੇ ਉਹਦੀ ਬੱਸ ਹੋ ਗਈ ਕੱਪੜੇ ਟੋਏ ਸੁੱਕੇ ਤਾਂ ਨਹੀਂ ਸੀ ਪਰ ਸੁੱਕਿਆਂ ਵਰਗੇ ਹੋਏ ਪਏ ਸੀ ਉਹ ਕਮਰੇ ਚ ਜਾ ਕੇ ਸਮਾਨ ਠੀਕ ਕਰਨ ਲੱਗਿਆ ਉਹਦੀ ਪਤਨੀ ਨੇ ਰੱਸੀ ਤੋਂ ਲਾਈ ਕੱਪੜੇ ਪਲੰਗ ਤੇ ਲਿਆ ਠੇਰੀ ਕੀਤੇ ਉਹਨੇ ਉਹਦੀ ਆਦਤ ਜਾਣਦੇ ਇਸ ਸਮੇਂ ਕੁਝ ਵੀ ਪੁੱਛਣਾ ਬੇਲੋੜਾ ਸਮਝਿਆ ਤੇ ਚੁੱਪ ਹੋ ਰਹੀ ਉਹ ਕੱਪੜੇ ਤੈਅ ਕਰਨ ਲੱਗੀ ਜਦੋਂ ਉਹ ਤੈਅ ਕੀਤੇ ਕੱਪੜੇ ਟੈਚੀ ਚ ਪਾਉਣ ਲੱਗਿਆ ਤਾਂ ਪਤਨੀ ਨੇ ਹਿਠੂ ਬੂਟੀਆਂ ਵਾਲਾ ਸੂਟ ਕੱਢ ਲਿਆ ਜਿਹਨੂੰ ਉਹ ਭੁੱਲ ਗਿਆ ਲੱਗਦਾ ਸੀ ਪਿਆਰਣ ਦੇ ਵਿੱਚੇ ਉਹਨੀ ਰੱਸੀ ਆਵਾਜ਼ ਤੋਂ ਬੋਲਿਆ ਬੌਲ ਪਤਨੀ ਦੀਆਂ ਅੱਖਾਂ 'ਚ ਲਟਕਦੇ ਸਵਾਲ ਦੇ ਜਵਾਬ ਵਿੱਚ ਉਹਨੇ ਕਿਹਾ ਰੱਖ ਦੇ ਇਹਨੂੰ ਵਿੱਚ ਹੀ ਦੇਖੀ ਜੋ ਫੇਰ ਕਦੇ ਉਹ ਕਾਲੀ ਕਾਲੀ ਕੱਪੜੇ ਟੈਚੀ 'ਚ ਪਾ ਰਿਹਾ ਸੀ ਤੇ ਨਿੱਕੀ ਬੂਟੀ ਦਾ ਸੂਟ ਉਹਦੀ ਪਤਨੀ ਦੇ ਹੱਥਾਂ 'ਚ ਕੰਬ ਰਿਹਾ ਸੀ ਧੰਨਵਾਦ